ਦੇਸ਼-ਵਿਦੇਸ਼ਾਂ ਦੇ ਵਿੱਚ ਬੈਠੇ ਸਾਡੇ ਇਸ ਕਿਸਾਨ ਅੰਦੋਲਨ ਦੇ ਨਾਲ ਜੁੜੇ ਹੋਏ ਮੇਰੇ ਬਹੁਤ ਹੀ ਪਿਆਰੇ ਕਿਸਾਨ ਮਿੱਤਰੋ ਆਪ ਜੀਆਂ ਨੂੰ ਅੱਜ ਦੀ ਜੋ ਮਤਲਬ ਮੀਟਿੰਗ ਹੋਈ ਹੈ ਸਯੁਕਤ ਕਿਸਾਨ ਮੋਰਚੇ ਦੀ ਉਸ ਮੀਟਿੰਗ ਦੀ ਜੋ ਅਪਡੇਟ ਹੈ ਉਹ ਦੇਣ ਲਈ ਅੱਜ ਇਸ ਆਈਟੀ ਸੈੱਲ ਦੇ ਉੱਤੇ ਹਾਜ਼ਰੀ ਭਰਨ ਵਾਸਤੇ ਆਏ ਹਾਂ ਇਸ ਮੀਟਿੰਗ ਦੇ ਵਿੱਚ ਤੈਅ ਹੋਇਆ ਕਿ ਪਹਿਲਾਂ ਹੀ ਤੋਂ ਤੈਅ ਪ੍ਰੋਗਰਾਮ ਸੀਗਾ ਇੱਕ ਤਾਂ ਕਿ 23 ਮਾਰਚ ਨੂੰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਰਾਜਗੁਰੂ ਤੇ ਸੁਖਦੇਵ ਉਹਨਾਂ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦਿਹਾੜਾ ਮਨਾਇਆ ਜਾਣਾ ਹੈ ਸਾਰੇ ਹੀ ਬਾਰਡਰਾਂ ਦੇ ਉੱਤੇ ਔਰ ਨਾਲ ਦੀ ਨਾਲ ਉਹਨਾਂ ਦੇ ਜੱਦੀ ਪਿੰਡ ਖਟਕੜ ਕਲਾਂ ਦੇ ਵਿੱਚ ਵੀ ਇੱਕ ਬਹੁਤ ਵੱਡਾ ਇਕੱਠ ਕਰਕੇ ਉਹਨਾਂ ਨੂੰ ਯਾਦ ਕੀਤਾ ਜਾਣਾ ਹੈ ਤੋਂ ਸਾਡੀ ਅਪੀਲ ਹੈ ਕਿ ਪੰਜਾਬ ਤੋਂ ਹਰਿਆਣਾ ਤੋਂ ਯੂਪੀ ਤੋਂ ਸਾਰੇ ਸਾਡੇ ਨੌਜਵਾਨ ਕਿਉਂਕਿ ਇਹ ਦਿਨ ਸਾਡੇ ਉਹਨਾਂ ਬਹਾਦਰ ਯੋਧਿਆਂ ਨੂੰ ਸਮਰਪਿਤ ਹੈ ਜਿਨ੍ਹਾਂ ਨੇ ਸਾਡੇ ਦੇਸ਼ ਦੀ ਆਜ਼ਾਦੀ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕੀਤਾ ਹੈ ਬਹੁਤ ਅਹਿਮ ਰੋਲ ਅਦਾ ਕੀਤਾ ਹੈ ਔਰ ਅੰਗਰੇਜ਼ੀ ਹਕੂਮਤ ਨਾਲ ਟੱਕਰ ਲੈਂਦੇ ਹੋਏ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਅੱਜ ਉਸੇ ਤਰ੍ਹਾਂ ਅੱਜ ਕੋਈ ਘਟਣੀ ਆ ਸਾਡੀ ਲੜਾਈ ਵੀ ਇੱਕ ਤਰ੍ਹਾਂ ਦੀ ਜੇਕਰ ਇਹਨੂੰ ਤੁਸੀਂ ਗੰਭੀਰਤਾ ਨਾਲ ਦੇਖੋਗੇ ਇਸ ਲੜਾਈ ਦੀ ਵੀ ਬੈਕਗ੍ਰਾਉਂਡ ਆ ਜਿਹੜੀ ਜਿਹੜੀ ਜਿੱਥੋਂ ਜਾ ਕੇ ਸਾਡੇ ਇਹ ਕਾਨੂੰਨਾਂ ਦੇ ਮਾਰ ਸਾਨੂੰ ਪੈ ਰਹੀ ਹੈ ਇਹ ਕਾਨੂੰਨਾਂ ਦੀ ਬੈਕਗ੍ਰਾਉਂਡ ਦੇ ਉੱਤੇ ਵੀ ਉਹੀ ਲੋਕ ਖੜੇ ਨੇ ਜੋ ਉਸ ਵੇਲੇ ਦੇਸ਼ ਨੂੰ ਗੁਲਾਮ ਬਣਾ ਕੇ ਆਪਣਾ ਰੱਖਣਾ ਚਾਹੁੰਦੇ ਸੀ ਦੇਸ਼ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਦੇ ਵਿੱਚ ਜਕੜ ਕੇ ਔਰ ਉਹਨਾਂ ਜ਼ੰਜੀਰਾਂ ਨੂੰ ਤੋੜਿਆ ਜਿਸ ਤਰ੍ਹਾਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਨੇ ਔਰ ਉਸੇ ਹੀ ਤਰ੍ਹਾਂ ਆਪਾਂ ਨੂੰ ਅੱਜ ਲੋੜ ਹੈ ਸਮਾਂ ਕਿ ਇਸ ਮੂਵਮੈਂਟ ਨੂੰ ਹੋਰ ਤਖੜਿਆ ਕਰੀਏ ਤਾਂ ਕਿ ਇਸ ਜਿਹੜੀ ਗੈਟ ਵਰਗੇ ਸਮਝੌਤੇ ਕਰਕੇ ਸਾਡੀ ਸਰਕਾਰ ਸਾਡੇ ਦੇਸ਼ ਨੂੰ ਗੁਲਾਮ ਕਰਨ ਲੱਗੀ ਹੈ ਉਹਨੂੰ ਅਸੀਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਜ਼ੰਜੀਰਾਂ ਨੂੰ ਤੋੜਦੇ ਹੋਏ ਦੇਸ਼ ਨੂੰ ਮੁਰਦ ਦੁਬਾਰਾ ਮਤਲਬ ਆਜ਼ਾਦੀ ਤੱਕ ਲੈ ਜਾ ਸਕੀਏ। ਤੋਂ ਇਸ ਲਈ ਸਾਡੇ ਨੌਜਵਾਨਾਂ ਨੂੰ ਸਾਡੀ ਅਪੀਲ ਹੈ ਕਿ ਇਹ ਅੰਦੋਲਨ ਤੁਹਾਡਾ ਹੈ, ਆਪਣਾ ਸਾਰਿਆਂ ਦਾ ਹੈ, ਤੁਹਾਡੀ ਜ਼ਮੀਨ ਦਾ ਹੈ, ਤੁਹਾਡੇ ਬੱਚਿਆਂ ਦੀ ਜ਼ਿੰਦਗੀ ਦਾ ਹੈ, ਤੁਹਾਡੀ ਜ਼ਿੰਦਗੀ ਦਾ ਹੈ। ਇਸ ਲਈ ਆਪਾਂ ਸਾਰਿਆਂ ਨੇ ਮਿਲ ਜੁਲ ਕੇ ਇਸ ਅੰਦੋਲਨ ਨੂੰ ਸਫਲ ਕਰਨਾ ਹੈ ਔਰ ਇਸ ਸਿੰਗੂ ਬਾਰਡਰ ਦੇ ਉੱਤੇ, ਟਿਕਰੀ ਬਾਰਡਰ ਦੇ ਉੱਤੇ, ਸ਼ਾਹਜਹਾਂਪੁਰ ਬਾਰਡਰ ਦੇ ਬਾਰਡਰ ਦੇ ਉੱਤੇ ਔਰ ਹੋਰ ਵੀ ਜਿੱਥੇ-ਜਿੱਥੇ ਸਾਡੇ ਇਹ ਪ੍ਰੋਗਰਾਮ ਚੱਲਦੇ ਨੇ ਸਾਰੇ ਥਾਮਾਂ ਦੇ ਤੇ ਨੌਜਵਾਨਾਂ ਨੇ ਪੋਸ਼ਦਨ ਪਹੁੰਚ ਕੇ 23 ਮਾਰਚ ਨੂੰ ਵੱਡੀ ਹਾਜ਼ਰੀ ਲਾਉਣ ਦੀ ਕੋਸ਼ਿਸ਼ ਕਰਨੀ ਹੈ ਤੇ ਨਾਲ ਦੀ ਨਾਲ ਹੀ ਸਾਡੀ ਅਪੀਲ ਹੈ ਕਿ ਜਿਹੜੀ ਆਪਾਂ ਖਟਕਲਕਲਾਂ ਦੇ ਵਿੱਚ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਪਿੰਡ ਦੇ ਵਿੱਚ ਉਹ ਦਿਨ ਮਨਾ ਰਹੇ ਹਾਂ ਉਹਨਾਂ ਦੀ ਸ਼ਹਾਦਤ ਦਾ ਉੱਥੇ ਵੀ ਸਾਰਿਆਂ ਨੇ ਹਾਜ਼ਰੀ ਨੌਜਵਾਨਾਂ ਨੇ ਭਰਨੀ ਹੈ ਤਾਂ ਕਿ ਆਪਾਂ ਉਹਨਾਂ ਨੂੰ ਯਾਦ ਕਰ ਸਕੀਏ ਉਹਨਾਂ ਨੂੰ ਸੱਚੀ ਸ਼ਰਧਾ ਦੇ ਪੇਟ ਕਰ ਸਕੀਏ ਔਰ ਇਸ ਤੋਂ ਅੱਗੇ ਸਾਡਾ ਪ੍ਰੋਗਰਾਮ ਹੈ ਆਪਾਂ ਬੁਲਕਿਆ ਹੋਇਆ ਕਿ 26 ਮਾਰਚ ਨੂੰ ਪੂਰਾ ਭਾਰਤ ਬੰਦ ਹੋਣਾ ਹੈ ਉਹਦੇ ਵਿੱਚ ਰੇਲ ਸੇਵਾਵਾਂ ਬੱਸਾਂ ਦੀ ਸੇਵਾ ਯਾਨੀ ਸੜਕੀ ਆਵਾਜਾਈ ਤੇ ਰੇਲੀ ਆਵਾ ਰੇਲ ਆਵਾਜਾਈ ਬੰਦ ਰਹਿਣਗੀਆਂ ਔਰ ਬਾਜ਼ਾਰ ਵੀ ਸਾਡੇ ਸਾਰੇ ਹੀ ਮਤਲਬ ਦੁਕਾਨਦਾਰ ਵੀਰਾਂ ਨੂੰ ਸਾਡੇ ਵਪਾਰੀਆਂ ਨੂੰ ਸਾਡੇ ਟਰਾਂਸਪੋਰਟਰਾਂ ਨੂੰ ਅਪੀਲ ਹੈ ਕਿ ਕਿਰਪਾ ਕਰਕੇ ਆਪਣੇ ਆਪ ਇਸ ਅੰਦੋਲਨ ਦੀ ਹਮਾਇਤ ਕਰਦੇ ਹੋਏ ਸਾਰੇ ਜਾਨੇ ਇਹਦਾ ਸਹਿਯੋਗ ਕਰੋ ਔਰ ਇਸ ਬੰਦ ਨੂੰ ਸਫਲ ਬਣਾਉਣ ਲਈ ਸਾਡਾ ਸਾਥ ਦਿਓ ਇੱਕ ਬੇਨਤੀ ਜ਼ਰੂਰ ਹੈ ਕਿ ਇਸ ਬੰਦ ਦੇ ਵਿੱਚ ਜਿੱਥੇ ਸੜਕਾਂ ਦੇ ਉੱਤੇ ਨੌਜਵਾਨ ਸਾਡੇ ਕਿਸਾਨ ਵੀਰ ਧਰਨੇ ਦੇ ਕੇ ਬੈਠਣਗੇ ਉਹਨਾਂ ਨੂੰ ਸਾਡੀ ਅਪੀਲ ਵੀ ਹੈ ਨਾਲ ਦੀ ਨਾਲ ਕਿ ਜਿਹੜੀ ਐਂਬੂਲੈਂਸ ਦੀ ਸੇਵਾ ਹੈ ਇਹ ਬਹਾਲ ਰੱਖੀ ਜਾਣੀ ਚਾਹੀਦੀ ਹੈ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਇਹਦੇ ਤੇ ਵੀ ਅਸੀਂ ਬਹੁਤ ਧਿਆਨ ਰੱਖਣਾ ਹੈ ਨਾਲ ਦੀ ਨਾਲ ਇਹ ਸੇਵਾ ਨੂੰ ਨਿਪਰੇ ਚਾੜ੍ਹਦੇ ਸਮੇਂ ਔਰ ਤਕੜੇ ਹੋ ਕੇ ਆਪਾਂ ਇਹਨੂੰ ਸਫਲ ਬਣਾਉਣਾ ਹੈ ਭਾਰਤ ਬੰਦ ਦਾ ਜਿਹੜਾ ਸੱਦਾ ਜਿਹੜਾ ਸਨੇਹਾ ਹੈ ਇਹਨੂੰ ਮਜ਼ਬੂਤੀ ਦੇ ਨਾਲ ਲਾਗੂ ਕਰਨਾ ਹੈ ਆਪਾਂ ਸਾਰਿਆਂ ਨੇ ਮਿਲ ਜੁਲ ਕੇ ਔਰ ਨਾਲ ਦੀ ਨਾਲ ਜਿਹੜਾ 22 ਮਾਰਚ ਦਾ ਦਿਨ ਹੈ ਇਸ ਦਿਨ ਸਾਰੇ ਹੀ ਡਿਸਟ੍ਰਿਕਟ ਪੰਦਰਾਂ ਦੇ ਉੱਤੇ ਸਾਰੀਆਂ ਜਥੇਬੰਦੀਆਂ ਆਪਣਾ ਆਪਣਾ ਤਾਲਮੇਲ ਬਣਾ ਕੇ ਮੀਟਿੰਗਾਂ ਕਰਨਗੀਆਂ ਔਰ ਉਹ ਉਹਨਾਂ ਮੀਟਿੰਗਾਂ ਦੇ ਵਿੱਚ ਤੁਸੀਂ ਤੈਅ ਕਰਨੇ ਪੁਆਇੰਟ ਤੈਅ ਕਰਨੇ ਆ ਕਿ ਕਿੱਥੇ ਕਿੱਥੇ ਕਿਵੇਂ-ਕਿਵੇਂ ਕਰਨਾ ਹੈ ਔਰ ਨਾਲ ਜਿਹੜੀਆਂ ਭਰਾਤਰੀ ਜਥੇਬੰਦੀਆਂ ਜਿਵੇਂ ਕਿ ਸਾਡੀਆਂ ਮਜ਼ਦੂਰ ਵੀਰਾਂ ਦੀਆਂ ਜਥੇਬੰਦੀਆਂ ਨੇ ਸਾਡੇ ਵਪਾਰ ਮੰਡਲ ਨੇ ਹੋਰ ਜਿਸ ਤਰ੍ਹਾਂ ਦੀਆਂ ਵੀ ਜਥੇਬੰਦੀਆਂ ਜਿਵੇਂ ਟਰਾਂਸਪੋਰਟ ਹੈ ਸਾਡੇ ਟਰੱਕ ਯੂਨੀਅਨਸ ਨੇ ਉਹਨਾਂ ਸਾਰਿਆਂ ਦੇ ਨਾਲ ਤੁਸੀਂ ਬੈਠ ਕੇ 22 ਤਰੀਕ ਨੂੰ ਮੀਟਿੰਗਾਂ ਕਰਕੇ ਇਹਨੂੰ ਸਫਲ ਬਣਾਉਣ ਦੀ ਕੋਸ਼ਿਸ਼ ਕਰਨੀ ਹੈ ਇਹ ਸਾਡਾ 22 ਤਰੀਕ ਦਾ ਪ੍ਰੋਗਰਾਮ ਹੈ ਜਿਹੜਾ ਇਹਨੂੰ ਤੁਸੀਂ ਸਾਰੀਆਂ ਹੀ ਮਤਲਬ ਡਿਸਟ੍ਰਿਕਟ ਲੈਵਲ ਦੀਆਂ ਜਿਹੜੀਆਂ ਜਥੇਬੰਦੀਆਂ ਹੈ ਉਹਨਾਂ ਨੇ ਡਿਸਟ੍ਰਿਕਟ ਲੈਵਲ ਦੇ ਆਗੂ ਸਹਿਬਾਨਾਂ ਨੇ ਆਪਣੇ ਆਪਣੇ ਪੱਧਰ ਦੇ ਉੱਤੇ ਸਾਰਿਆਂ ਨੇ ਇਕੱਠੇ ਹੋ ਕੇ ਮੀਟਿੰਗ ਕਰਕੇ ਵਿਚਾਰ ਚਰਚਾ ਕਰਕੇ ਔਰ ਇਹਨੂੰ ਪੂਰਨ ਤੌਰ ਦੇ ਉੱਤੇ ਸਫਲ ਕਰਨਾ ਪੂਰੇ ਦੇਸ਼ ਦੇ ਅੰਦਰ ਔਰ ਇੱਕ ਕਾਲ ਪੂਰੇ ਦੇਸ਼ ਦੇ ਅੰਦਰ ਸਫਲ ਹੋਣੀ ਜ਼ਰੂਰੀ ਹੈ ਸੋ ਇਸ ਲਈ ਇਸ ਅੰਦੋਲਨ ਨੂੰ ਅੱਗੇ ਵਧਾਉਣ ਵਧਾਉਣ ਵਾਸਤੇ ਇਸ ਅੰਦੋਲਨ ਨੂੰ ਜਿੱਤਣ ਦੇ ਲਈ ਜਿੱਥੇ ਅੱਜ ਬਹੁਤ ਵੱਡੀ ਪੱਧਰ ਦੇ ਉੱਤੇ ਕਿਉਂਕਿ ਇੱਕ ਗੱਲ ਤੁਹਾਨੂੰ ਜ਼ਰੂਰ ਮਤਲਬ ਪਤਾ ਹੋਏਗਾ ਲੱਭ ਪਤਾ ਪਹੁੰਚਦੀ ਹੈ ਹਰ ਇੱਕ ਗੱਲ ਅੱਜ ਤਾਂ ਮੀਡੀਆ ਮੀਡੀਆ ਦੇ ਮਾਧਿਅਮ ਦੇ ਰਾਹੀਂ ਹਰ ਇੱਕ ਕਲ ਹਰ ਵਿਅਕਤੀ ਤੱਕ ਪਹੁੰਚ ਰਹੀ ਹੈ ਕਿ ਜਿਸ ਤਰ੍ਹਾਂ ਕਦੇ ਸਾਡੀ ਸਰਕਾਰ ਇਹ ਕਹਿੰਦੀ ਹੁੰਦੀ ਸੀ ਇਹ ਇਹ ਜਿਹੜੇ ਕਿਸਾਨ ਨੇ ਇਹ ਮੁੱਠੀ ਪਰ ਲੋਕ ਬੈਠੇ ਨੇ ਤੇ ਜਦੋਂ ਉਹੀ ਮੁੱਠੀ ਪਰ ਲੋਕ ਵੱਡੀਆਂ ਪੀੜਾਂ ਦੇ ਰੂਪ ਦੇ ਵਿੱਚ ਇਹਨਾਂ ਨੂੰ ਨਜ਼ਰ ਆਉਣ ਲੱਗਣਾ ਤਾਂ ਸਮਝ ਲਓ ਕਿ ਇਹਨਾਂ ਦੇ ਅੰਦਰਲਾ ਜਿਹੜਾ ਭੈਅ ਆ ਉਹ ਬਾਹਰ ਨਿਕਲਣਾ ਸ਼ੁਰੂ ਹੋਇਆ ਜ਼ੁਬਾਨ ਤੇ ਆਇਆ ਹੈ ਔਰ ਇਹਨਾਂ ਨੂੰ ਹਰ ਹਾਲ ਦੇ ਵਿੱਚ ਇਹ ਜਿਹੜਾ ਡਰ ਹੈ ਇਹ ਮਜਬੂਰ ਕਰੇਗਾ ਪਹਾੜ ਮਜ਼ਬੂਤੀ ਦੇ ਨਾਲ ਇਹਨਾਂ ਇਕੱਠਾਂ ਨੂੰ ਵਧਾਈਏ ਤਾਂ ਕਿ ਸਰਕਾਰ ਨੂੰ ਇਹ ਜਿਹੜਾ ਕਾਲੇ ਕਾਨੂੰਨ ਹੈ ਇਹਨਾਂ ਨੂੰ ਰੱਦ ਕਰਨ ਲਈ ਵਾਪਸ ਲੈਣ ਲਈ ਮਜਬੂਰ ਹੋਣਾ ਪਵੇ ਸੋ ਇਸ ਲਈ ਸਾਡੀ ਬੇਨਤੀ ਹੈ ਇਹਨਾਂ ਜਿਹੜੇ ਪ੍ਰੋਗਰਾਮ ਨੇ ਸ਼ਿੰਗੂ ਬਾਰਡਰ ਦੇ ਉੱਤੇ ਐਂਟੀਕਰੀ ਬਾਰਡਰ ਦੇ ਉੱਤੇ ਸ਼ਾਜਨਨਪੁਰ ਬਾਰਡਰ ਦੇ ਉੱਤੇ ਜਾਂ ਜਿਹੜਾ ਸਾਡਾ ਇਧਰ ਤਕੈਤ ਸਾਹਿਬ ਹੋਰੀ ਬੈਠੇ ਨੇ ਯੂਪੀ ਵਾਲੇ ਵੀਰ ਇਹਨਾਂ ਲਈ ਬਾਰਡਰ ਦੇ ਉੱਤੇ ਵੀ ਆਪਾਂ ਵੱਡੀ ਪੱਧਰ ਦੇ ਉੱਤੇ ਸ਼ਾਮੂਲਿਤ ਕਰਨੀ ਹੈ ਤਾਂ ਕਿ ਆਪਾਂ ਸਫਲ ਹੋ ਸਕੀਏ ਇਹ ਸਾਡੀਆਂ ਇਨੀਆਂ ਬੇਨਤੀਆਂ ਜਿਹੜੀਆਂ ਅੱਜ ਦੀ ਮੀਟਿੰਗ ਦੇ ਫੈਸਲੇ ਆ ਇਹ ਆਪ ਜੀਆਂ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਸੀ ਉਹ ਨਿਭਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ